ਸੈਬੂ ਦਾ ਘਰ, ਤੇਰਾ ਹੀ ਬੈੱਡ ਬਣਾ ਦੇਣਾ, ਰਾਤ ਨੂੰ ਵੀ ਇੱਥੇ ਸੌ ਜਾਏਗਾ, ਠੀਕ ਹੈ? ਨਹੀਂ ਤੇ ਫਿਰ ਮੈਂ ਗਿਆ ਵਿੱਚ ਦੀ ਸੰਗ ਜਾਂਦਾ, ਅੱਧਾ ਟਾਈਮ ਦਾ ਸੈਬੂ ਦਾ ਸੰਗਨ ਜੀ ਲੰਘ ਗਿਆ। ਮੈਂ ਬਣਾਉਣੀ ਆ ਗਰਮੀ ਚ, ਖਾਣੀ ਤਾਂ ਏਸੀ ਚ ਬਹਿ ਕੇ ਹੀ ਆ। ਕਹਿੰਦੇ ਇਹ ਕੁਛ ਕਰ ਨਹੀਂ ਸਕਦਾ, ਧੌਣਾ ਉਹਨਾਂ ਦੀਆਂ ਚੋਕੀਲੇ ਕੱਢਣੇ ਆ, ਸਿਰ ਤੇ ਹੱਥ ਰੱਖੀ ਮੇਰੇ ਮਾਲਕਾ, ਕਈਆਂ ਦੇ ਵਹਿਮ ਕੱਢ ਦਿੱਤੇ ਤੇ ਕਈਆਂ ਦੇ ਹਜੇ ਕੱਢਣੇ ਆ। ਤੂੰ ਸਾਡੇ ਜੇ ਹੋ ਗਏ ਉਹਨੂੰ, ਟਾਈਮ ਹੋ ਗਿਆ, ਕੱਲੇ ਨੇ ਜਾਣਾ ਤੂੰ ਸੈਬੂ, ਤਾਂ ਛੁੱਟੀ ਅੱਜ। ਹਟੋ ਮੰਮਾ ਤੋਂ ਪਹਿਲਾਂ ਉੱਠ ਜਾ, ਮੰਮਾ ਸੁੱਤੇ ਪਿਆ, ਭੱਜ ਭੱਜ ਕੇ ਬਰੱਸ਼ ਕਰਿਆ। ਤੂੰ ਉੱਠ ਜਾ ਤਾਂ ਸੀ ਪਹਿਲਾਂ 5 ਵਜੇ, ਉੱਠ ਜਾ ਉੱਠ ਜਾ ਉੱਠ ਜਾ, ਭੱਜ ਕੇ ਫਸਟ ਆ ਜਾ। ਮੇਰੇ ਸ਼ੂਜ਼ ਰੈਡੀ ਹੋ ਰਹੇ ਅੱਜ ਸਾਹਿਬ, ਅੱਜ ਸਾਹਿਬ ਸੁੱਤਾ ਪਏ, ਇਹਦੀ ਛੁੱਟੀ ਆ ਗਈ ਸੀਗੀ, ਅੱਜ ਜਾਣਾ ਨਹੀਂ ਇਹਨੇ ਸਕੂਲ, ਪਤਾ ਹੀ ਨਹੀਂ ਸਕੂਲ ਕੀ ਆ, ਸਕੂਲ ਹੈ ਫਿਰ ਸਾਡੇ ਟੀਚਰਾਂ ਨੇ ਛੁੱਟੀਆਂ ਮਾਰਨਗੇ, ਮਾਰਨਗੇ ਨਹੀਂ ਮਾਰਦੇ। ਛੱਡ ਛੱਡ ਛੱਡ, ਹੋ ਗਿਆ, ਕੈਚ ਕਰ ਲਿਆ ਬਈ, ਕੈਚ ਕਹਿੰਦੇ, ਕੈਚ ਕਰ ਲਿਆ ਕਿਹਨੂੰ ਕਰ ਲਿਆ, ਕਹਿੰਦੇ ਅਖਬਾਰ ਨੂੰ। ਗੁੱਡ ਮਾਰਨਿੰਗ ਹੋ ਗਈ, ਸੂਰਜ ਦੇਵਤਾ ਜੀ ਆ ਗਏ, ਸੁਬਹਾ ਸੁਬਹਾ ਹੀ ਸੂਰਜ ਦੇਵਤਾ ਜੀ ਗਰਮ ਹੁੰਦੇ, ਤੱਤੇ ਪਏ ਹੁੰਦੇ ਆ, ਇੰਨੀ ਗਰਮ, ਪਤਾ ਨਹੀਂ ਕਿਹਦੇ ਨਾਲ ਲੜਕੇ ਧੁੱਪ ਫੇਂਕਦੇ, ਇੰਨੀ ਸੂਰਜ ਦੇਵਤਾ ਜੀ ਲੜਕੇ ਪੰਜਾਬ 'ਚ ਧੁੱਪ ਫੇਂਕ ਕੇ ਜਾਂਦੇ ਆ, ਇੰਨੀ ਗਰਮੀ, ਇੰਨਾ ਸੇਕ, ਸੁਬਹਾ ਸੁਬਹਾ ਹੀ ਨਾਲੇ 6:30 ਹੋਏ ਆ ਹਜੇ, ਅਤੇ ਇੰਨਾ ਸੇਕ ਪੈ ਰਿਹਾ, ਸਾਰਾ ਅਖਬਾਰ ਵੋਟਾਂ ਨਾਲ ਭਰਿਆ ਪਿਆ ਕਹਿੰਦੇ। ਚਲੋ ਜੀ, ਅੱਜ ਤਾਂ ਸੈਬੂ ਨੂੰ ਤਿਆਰ ਕਰਨਾ ਨਹੀਂ, ਇੱਕ ਜਣੇ ਨੂੰ ਤਿਆਰ ਕਰਨਾ, ਉਹ ਆਪੇ ਹੋ ਜਾਊਗਾ ਬੱਚਾ, ਨਹੀਂ ਤਾਂ ਸੈਬੂ ਨੂੰ 10-15 ਮਿੰਟ ਲੱਗ ਜਾਂਦੇ ਠਾਉਣ 'ਤੇ।
ਸੁਬਹਾ ਸੁਬਹਾ ਇੰਨਾ ਸੇਕ ਪੈ ਰਿਹਾ ਨਾ, ਗਰਮੀ ਪਤਾ ਲੱਗਦੀ ਹੈ ਕਿ ਗਰਮੀ ਆ ਗਈ ਬਾਈ ਗਰਮੀ। ਸੁਬਹਾ ਸੁਬਹਾ ਰਸੋਈ ਦਾ ਕੰਮ ਮੈਡਮ, ਇਹ ਐਨਰਜੀ ਹੈ ਬਈ ਲੇਡੀਜ਼ 'ਚ ਬਹੁਤ। ਸਲੂਟ ਸਾਰਿਆਂ ਨੂੰ ਜਿਹੜੇ ਸੁਬਹਾ ਉੱਠ ਕੇ ਨਾਲ ਦੀ ਨਾਲ ਹੀ ਰਸੋਈ 'ਚ ਵੜ ਜਾਂਦੇ ਆ। ਸਲੂਟ ਸਲੂਟ, ਤਾੜੀਆਂ ਹੋ ਜਾਣੀਆਂ ਚਾਹੀਦੀਆਂ ਤਾੜੀਆਂ। ਹੈਲੋ ਹੈਲੋ, ਗੁੱਡ ਮਾਰਨਿੰਗ ਜੀ ਸਾਰਿਆਂ ਨੂੰ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੈਂ ਉੱਠ ਗਿਆ ਸੀ, ਮੈਂ ਉੱਠ ਕੇ ਆਪਦੇ ਕੰਮ 'ਤੇ ਲੱਗ ਗਿਆ। ਇਹ ਜਨਾਬ ਜੀ ਉਹਨਾਂ 'ਚ ਹੜਦੇ ਨਹੀਂ, ਜਿਹਨਾਂ 'ਚ ਮੈਂ ਉੜਦੀ ਨੂੰ ਮੈਨੂੰ ਉਠਾਈ ਜਾਂਦੇ ਰਹਿੰਦੇ ਉਠਾਈ ਜਾਂਦੇ। ਅੱਜ ਤਾਂ ਇਕੱਲੇ ਗੁੰਨੂ ਨੇ ਖਾਣਾ ਸੀ, ਤੋਰ ਦਿੰਦੇ ਫਿਰ ਮੈਂ ਲੇਟ ਹੀ ਖਾਇਆ ਸਾਡੇ 'ਚ, ਖਾਣਾ ਹੀ ਨਹੀਂ ਸੀਗਾ। ਇੱਕ ਐਪਲ ਦੇ ਦਿੰਦੇ, ਪਾਣੀ ਦੀ ਬੋਟਲ ਦੇ ਦਿੰਦੇ, ਫਿਰ ਕਹਿਣਾ ਸੀ ਮੈਨੂੰ ਖਾਇਆ ਨਹੀਂ। ਇਹ ਹੋਏ ਸਰ, ਤੁਸੀਂ ਉੱਠ ਲੈਣਾ, ਆਪੇ ਉੱਠ ਜਾਂਦੇ। ਗੁੱਤਾਂ ਕਰ ਦਿੰਦਾ ਮੈਂ, ਕਮਲੀ ਬਣ ਕੇ ਭਜਾ ਦਾ ਭੇਜ ਦਿੰਦਾ। ਦੁੱਧ ਮਾਰ ਰਿਹਾ ਸਾਡਾ ਦੁੱਧ, ਸਭ ਪੂਰੇ ਆਨੰਦ ਨਾਲ ਮਜ਼ੇ ਲੈ ਰਿਹਾ। ਅੱਜ ਉਹਨੇ ਸਕੂਲ ਜਾਣਾ ਨੀਗਾ, ਇੰਜੋਏ ਕਰ ਰਿਹਾ ਆਪਦਾ, ਆਪਦੀ ਨੀਨੀ ਇੰਜੋਏ ਕਰ ਰਿਹਾ ਮੁੰਡਾ। ਚੱਕ ਕੇ ਉੱਪਰ ਪਾਤਾ ਸੀਗਾ ਮੈਂ, ਮੈਂ ਚੱਲ ਸੁੱਤਾ ਰਹੂਗਾ। ਗੁੰਨੂ ਮੈਡਮ ਆਊਗੀ ਤੇ ਗੁੰਨੂ ਮੈਡਮ ਨੂੰ ਛੱਡ ਕੇ ਆਵਾਂਗੇ ਫਿਰ ਆਪਾਂ, ਗੁੰਨੂ ਮੈਡਮ ਨੂੰ ਫਿਰ ਆਪਾਂ ਛੱਡ ਕੇ ਆਵਾਂਗੇ। ਆ ਜਾਂਦਾ ਉਹਨੂੰ, ਤਿਆਰ ਹਤੂਰ ਹੋ ਜਾਂਦਾ, ਫਿਰ ਮਿਲਦੀ ਆ ਤੁਹਾਨੂੰ। ਸੈਬੂ ਜੀ ਅੱਜ ਸੋ ਰਹੇ ਆ, ਰੈਸਟ 'ਤੇ ਆ, ਖਲਾਰਾ ਸਾਡਾ ਦੇਖੋ। ਗੁੰਨੂ ਗਈ, ਗੁੰਨੂ ਗਈ, ਗੁੰਨੂ ਗਈ, ਗੁੰਨੂ ਗਈ, ਗੁੰਨੂ ਗਈ, ਗੁੰਨੂ ਗਈ, ਬਸ 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 ਬਸ, ਤੋੜਤਾ ਸਾਈਕਲ ਗੁੰਨੂ ਤੇਰਾ। ਮੇਰੇ ਬਿਨਾਂ ਤਾਂ ਨਾ ਬਸ, ਜੇ ਮੈਂ ਨਾ ਆਉਂਦੀ, ਜੇ ਮੈਂ ਨਾ ਆਉਂਦੀ। ਗੁੰਨੂ ਨੇ ਸਾਈਕਲ ਤੇ ਕਦੇ ਕੱਪੜਾ ਨਹੀਂ ਮਾਰਿਆ। ਮੰਮੀ ਮੈਂ ਹਜੇ ਬਟਨ ਬੰਦ ਕੀਤਾ, ਮੇਰਾ ਗਲਾ ਘੁੱਟਿਆ ਜਾਊਗਾ। ਤੇ ਬਟਨ ਕਿਉਂ ਬੰਦ ਕਰਨਾ? ਚੇਨ ਦੇ ਕੁਛ ਨਹੀਂ ਕਹਿੰਦੇ, ਚੇਨ ਨੂੰ ਪਤਾ ਲੱਗ ਜੂਗਾ, ਫਿਰ ਆਪਾਂ ਚੇਨ ਦੀ ਵੀ ਐਪਲੀਕੇਸ਼ਨ ਲਿਖ ਦਾਂਗੇ। ਗੁੰਨੂ ਦੇ ਸਕੂਲ ਵਾਲੇ ਕਹਿੰਦੇ ਕੜਾ ਨਹੀਂ ਪਾ ਕੇ ਆਉਣਾ, ਜੇ ਪਾਉਣਾ ਤਾਂ ਐਪਲੀਕੇਸ਼ਨ ਦਿਓ। ਤੇ ਅੱਜ ਫਿਰ ਜੇ ਉਹਨਾਂ ਨੇ ਕਹਿਤਾ ਚੇਨ ਵੀ ਨਹੀਂ ਪਾਉਣੀ, ਉਹਦੀ ਵੀ ਐਪਲੀਕੇਸ਼ਨ ਲਿਖ ਕੇ ਲਿਓ। ਕਿਹਨੇ ਕਿਹਾ ਹੋਇਆ ਕਹਿਣਗੇ ਤੇ ਨਾ। ਚੱਲ ਬਾਏ ਬਾਏ, ਸੋਹਣੇ ਸੋਹਣੇ ਪੜ ਗਈ ਬੋਟਲ ਲੈ ਲਈ, ਬੋਟਲ ਤੇਰੀ ਦਿਖਦੀ ਨਹੀਂ ਹੁੰਦੀ ਮੈਨੂੰ। ਟਿਫਨ ਪਾ ਲਿਆ, ਬਾਏ। ਤੂੰ ਜੇ ਪੈ ਨਾ ਤਾਂ ਕਰਕੇ ਕਦੇ ਉੱਧਰ ਪੈਰ ਨਹੀਂ ਕਰਦੀ। ਚੱਲ ਮੁੰਡੇ ਦਾ ਸੋਹਣਾ ਹੇਅਰ ਸਟਾਈਲ। ਗੱਡੀ 'ਚ ਆਪਦੀ 'ਚ ਮਾਰਨਾ ਕਿਸੇ ਦੀ, ਦੇਖ ਲਓ ਦੇਖ ਲਓ ਹਾਲ ਦੇਖ ਲਓ। ਲਓ ਜੀ ਕਹਿੰਦੇ ਟਾਈਮ ਦੇਖ ਲਓ ਕਿੰਨਾ ਹੋ ਗਿਆ, ਸਾਹਿਬਜ਼ਾਦਾ ਹਜੇ ਵੀ ਸੁੱਤਾ ਪਿਆ ਕਹਿੰਦੇ। ਜਹਾਜ਼ ਚੱਲ ਪਿਆ, ਜਹਾਜ਼ ਏਕਮ ਦੀਦੀ ਦੇ ਘਰੇ ਵੀ ਜਹਾਜ਼ ਚੱਲਦਾ ਕਹਿੰਦੇ। ਤਾਂ ਲੇਟ ਹੋ ਗਿਆ ਥੋੜ੍ਹਾ ਜਿਹਾ, ਜੇ ਨਾ ਤਾਂ ਹੋ ਜਾਂਦੀ ਨਾ, ਮੈਂ ਪਨੀਰ ਬਣਾ ਕੇ ਖਵਾਉਂਦਾ ਤੁਹਾਨੂੰ ਅੱਜ ਆਪਦੇ ਹੱਥ ਦਾ। ਕਿੱਡਾ ਟੇਸਟੀ ਖਵਾਉਂਦਾ ਪਨੀਰ, ਮੈਂ ਉਂਗਲੀਆਂ ਚੜ੍ਹਦੀ ਰਹਿ ਜਾਂਦੀ। ਸਭ ਸੁੱਤਾ ਪਿਆ ਹਜੇ ਵੀ, ਖੂਬ ਸੁੱਤਾ ਪਿਆ। ਗੁੰਨੂ ਨੂੰ ਸਕੂਲੇ ਛੱਡ ਕੇ ਆ ਵੀ ਗਏ, 9 ਵੀ ਵੱਜ ਗਏ, ਘਰਾੜੇ ਮਾਰੀ ਜਾਂਦਾ ਪੂਰਾ।
ਐ ਮਸਤੀ ਨਾਲ ਸੁੱਤਾ ਪਿਆ, ਇੰਜੋਏ ਕਰ ਰਿਹਾ ਆਪਦੀ ਨੀਂਦ, ਨੀਂਦ ਨੂੰ ਇੰਜੋਏ ਕਰ ਰਿਹਾ, ਕਿਹਨੂੰ ਕਰਦਾ ਨੀਂਦ ਨੂੰ ਇੰਜੋਏ। ਹਸਬੈਂਡ ਵਾਈਫ ਨੇ ਦੁੱਖ ਸੁੱਖ ਸਾਂਝੇ ਕਰ ਲਏ, ਉਹਨਾਂ ਟਾਈਮ ਟਾਈਮ ਹੋ ਗਿਆ। ਗੁੱਡ ਮਾਰਨਿੰਗ, ਗੁਰੂ ਬ੍ਰਸ਼ ਕਰਨ ਚਲੇ ਗਏ, ਚਲ ਉੱਠ ਜਲਦੀ। ਗੁੱਡ ਮਾਰਨਿੰਗ, ਹੋ ਨਹੀਂ ਜਾਣਾ ਕਾਹਦੀ ਛੁੱਟੀ ਹੈ, ਮੈਡਮ ਦਾ ਮੈਸੇਜ ਆ ਗਿਆ ਸੀਗਾ। ਟਾਈਮ ਦੇਖੀ ਕਿੰਨਾ ਵਜੇ ਹੋ ਗਿਆ, ਦੇਖਦਾ ਟਾਈਮ, ਫਿਰ ਡਿੱਗ ਗਿਆ। ਇੰਨੀ ਸਪੀਡ ਨਾਲ ਉੱਠ ਕੇ ਬੈਠਾ ਸੀ, ਮੈਂ ਤਾਂ ਕਿਹਾ ਸਿਰਾ ਲਾਤਾ ਅੱਜ ਸੈਪੂ ਨੇ, 9 ਵੱਜ ਗਏ ਤਾਂ ਹੀ ਇੰਨੀ ਜਲਦੀ ਉੱਠ ਗਿਆ। ਹੈਂ 6 ਵਜੇ ਉੱਠਣਾ ਔਖਾ ਲੱਗਦਾ। ਗੁੱਡ ਮਾਰਨਿੰਗ, 6 ਵਜੇ ਦਾ ਵੀ ਉੱਠਿਆ ਪਿਆ ਸੀਗਾ। ਅੱਛਾ ਜੀ, ਚੱਲ ਫਿਰ ਗੁੱਡ ਮਾਰਨਿੰਗ ਤਾਂ ਕਰਦੇ ਸਾਰਿਆਂ ਨੂੰ, ਜਲਦੀ 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 ਬੋਲੋ। ਕਿੱਦਾਂ ਸਾਫ਼ ਕਰ ਲੈਂਦਾ ਉਹਨੂੰ ਅੱਜ? ਉਹਦਾ ਮੂੰਹ ਨਾਲ ਹੀ ਬੋਲਣਾ, ਅੱਖਾਂ ਨਾਲ ਥੋੜ੍ਹੀ ਬੋਲਣਾ। ਗੁੱਡ ਮਾਰਨਿੰਗ ਸਾਰੇ ਨੂੰ, ਕਿਵੇਂ ਹੋ? ਮਤਲਬ ਨਾ ਤੋ ਕੇ ਰੈਡੀ ਹੋ ਗਿਆ ਸੀਗਾ, ਅਰ ਮੈਂ ਪੂਰੀ ਲੇਟ ਉੱਠਿਆ, ਮੇਰੀ ਅੱਜ ਛੁੱਟੀ ਸੀਗੀ। ਮੇਰਾ ਹੇਅਰ ਸਟਾਈਲ ਕਿਵੇਂ ਲੱਗਦਾ ਹੈ? ਨਵਾਂ ਹੇਅਰ ਸਟਾਈਲ ਕਿਹਨੇ ਕੀਤਾ? ਖੁਦ ਖੁਦ ਕੀਤਾ, ਮੁੰਡਾ ਰੈਡੀ ਸ਼ੈਡੀ ਹੋ ਗਿਆ, ਸੋਹਣਾ ਬਣ ਗਿਆ। ਭਾਈ ਦੱਸਿਓ ਸੈਬੂ ਦਾ ਨਿਊ ਹੇਅਰ ਸਟਾਈਲ, ਉਹ ਕਹਿੰਦਾ ਪਾਪਾ ਨੇ ਚੇਂਜ ਕਰ ਲਿਆ 2 ਦਿਨਾਂ ਤੋਂ, ਤੇ ਮੈਂ ਕਿਉਂ ਪਿੱਛੇ ਰਵਾਂ? ਆਈਆਂ ਫਿਰ ਆਈਆਂ ਫਿਰ ਸੈਬੂ ਨੇ ਤਾਂ ਨੋਟ ਨਹੀਂ ਕੀਤਾ ਪਾਪਾ ਦਾ ਹੇਅਰ ਸਟਾਈਲ, ਕੀਤਾ ਨਹੀਂ ਨਾ ਤੂੰ ਨੋਟ, ਦੇਖਿਆ ਸੀ ਪਾਪਾ ਪਹਿਲਾਂ ਐਵੇਂ ਰੱਖਦੇ ਸੀਗੇ। ਹਾਂ ਹੁਣ ਪਾਪਾ ਨੇ ਦੇਖ ਮੂਹਰੋਂ ਕਿਵੇਂ ਕੀਤਾ, ਇੱਧਰ ਨੂੰ ਪਿੱਛੇ ਖੜੇ। ਪਾਣੀ ਤਾਂ ਦੇ ਦੇ, ਕਿਉਂ ਨਹੀਂ ਦੇਣੀ? ਬੱਚੇ ਹੀ ਆ ਤੂੰ ਅਜੇ, ਪਾਣੀ ਦੇ ਦੇ। ਚੱਲ ਜਾ, ਕਿੱਥੇ ਜਾ? ਕੈਂਟ ਲੱਗਦਾ ਸੋਹਣਾ ਮੁੰਡਾ ਸਾਡਾ, ਹੈਂਡਸਮ ਬੋਏ, ਹੈਂਡਸਮ ਬੋਏ ਬਣ ਗਿਆ ਹੈ ਨਾ। ਅੱਜ ਵੈਸੇ ਤੈਨੂੰ ਕਾਹਦੀ ਛੁੱਟੀ ਆ? ਸਕੂਲ ਵਾਲਿਆਂ ਨੇ ਦੱਸਿਆ ਨੀਗਾ ਜਾਨ? ਕੀ ਮੈਸੇਜ ਆਇਆ ਇਹਦਾ? ਮਦਰ ਡੇ ਸੈਲੀਬ੍ਰੇਸ਼ਨ, ਮਦਰ ਡੇ ਸੈਲੀਬ੍ਰੇਸ਼ਨ ਕਰਨਾ ਸਕੂਲ ਵਾਲਿਆਂ ਨੇ, ਉਹਦੀ ਛੁੱਟੀ ਕੀਤੀ ਹੈ ਭਾਈ ਸਾਹਿਬ ਨੇ। ਸਾਡੇ ਰੋਜ਼ ਡਾਂਸ ਕਰਵਾਉਣੇ ਬੱਚਿਆਂ ਨੂੰ। ਤੋ ਫਿਰ ਤੂੰ ਕਿਉਂ ਨਹੀਂ ਲੱਗਿਆ ਡਾਂਸ 'ਚ? ਤੇਰੀ ਕਲਾਸ ਦੇ ਬੱਚੇ ਲੱਗੇ? ਦੋ ਹੀ ਲੱਗੇ ਨੇ ਡਾਂਸ 'ਚ ਵੀ, ਸੌਕ 'ਚ ਵੀ ਦੋ ਹੀ ਲੱਗੇ ਨੇ। ਇਹ ਹੋ ਗਿਆ ਕਹਿੰਦੇ ਕਹਿੰਦੇ ਰੋਟੀ ਦਾ ਟਾਈਮ ਹੋ ਗਿਆ, ਕਹਿੰਦੇ ਬ੍ਰੇਕਫਾਸਟ ਪਿਓ ਪੁੱਤ ਰੋਟੀ ਛਕਣ ਡਿਆ, ਪਿਓ ਪੁੱਤ ਇਕੱਠੇ ਬਹਿ ਕੇ ਖਾ ਰਹੇ ਆ। ਰੋਟੀ ਖਾ ਲਓ ਸਬਜ਼ੀ ਨਾਲ, ਸਬਜ਼ੀ ਨਾਲ ਖਾ ਲਓ ਹੀਰੋ, ਉਹ ਹੀਰੋ ਪੁੱਤ ਆ ਜਾਓ ਜੀ ਲੰਗਰ ਛਕੀਏ, ਸੋਇਆਬੀਨ ਦੀ ਭੁਰਜੀ ਬਣੀ ਅੱਜ ਘਰ 'ਚ। ਫਾਈਨਲੀ ਅੱਜ ਆ ਗਿਆ ਵੀਰ ਗ੍ਰਿਲਾਂ ਚੱਕਣ ਵਾਸਤੇ, ਚੱਕ ਕੇ ਦਲ ਚੱਲੇ ਆ ਬਣਾ ਕੇ, ਪਤਾ ਨਹੀਂ ਕਦੋਂ ਦੇਣਗੇ। ਲੈ ਗਏ ਕਹੀ ਜਾਂਦੇ ਸੀ ਤੁਹਾਨੂੰ।
ਗਾਇਸ ਮੇਰਾ ਹੁਣ ਇਹ ਸ਼ੈਲ ਵਿਗੜ ਗਿਆ, ਇੱਥੇ ਮੈਂ ਪਿਆ ਸੀਗਾ। ਹੁਣ ਪਾਪਾ ਸੋ ਚੁੱਕੇ ਨੇ, ਮੰਮਾ ਬਣਾ ਰਹੇ ਨੇ ਮੈਂਗੋ ਸ਼ੇਕ। ਪਤਾ ਨਹੀਂ, ਆਪ ਹੀ ਤਾਂ ਕਹਿੰਦਾ ਮੈਨੂੰ ਭੁੱਖ ਲੱਗੀ ਹੈ। ਮੈਂ ਤਾਂ ਖਾ ਵੀ ਲਿਆ। ਕੀ ਖਾ ਲਿਆ? ਕੀ ਖਾ ਕੇ ਆਇਆ? ਇਕੱਲਾ ਇਕੱਲਾ ਖਾਇਆ ਕਮਰੇ 'ਚ ਬਹਿ ਕੇ। ਮੈਂ ਨਾ ਇੱਥੇ ਕਿਚਨ 'ਚ ਸੀਗੀ, ਅੱਜ ਮੈਂ ਆਹ ਵਾਲਾ ਡਰਾਰ ਸਾਫ਼ ਕੀਤਾ ਸੀ, ਕਢਵਾ ਕੇ ਸਾਰਾ ਧੋਤੇ ਸੀ ਸਾਰੇ, ਅਤੇ ਉੱਪਰ ਥੋੜ੍ਹਾ ਬਹੁਤ ਆਟਾ ਉੱਟਾ ਜਿਹਾ ਪੈ ਜਾਂਦਾ ਨਾ ਕਈ ਵਾਰੀ, ਖੋਲ੍ਹ ਸਮਾਨ ਚੱਕਦੇ ਰੋਟੀ ਬਣਾਉਂਦੇ ਨੇ, ਸਮਾਨ 'ਚ ਨਹੀਂ ਆਉਂਦੀ ਸੀ ਮੈਂ। ਉਹ ਦੇਖੋ ਸਾਰਾ ਉਹ ਖਿਲਰਿਆ ਪਿਆ ਨਾ, ਗਿੱਲਾ ਸੀਗਾ ਉਹ ਸਾਰਾ, ਪੂੰਜ ਪੂੰਜ ਕੇ ਚਿਣੀ ਆਉਂਦੀ ਸੀ। ਮੈਨੂੰ ਭੁੱਖ ਲੱਗੀ ਆ, ਪਹਿਲਾਂ ਮੈਨੂੰ ਕੁਛ ਬਣਾ ਦਿਉ, ਮੈਨੂੰ ਦੇ ਦਿਉ। ਇਹ ਤੇਰਾ ਢੱਕਣ ਖੋਲ੍ਹਣ ਵਾਸਤੇ, ਤੇਰਾ ਢੱਕਣ ਹੈਗਾ ਮੈਂਗੋ ਪਿਆ ਸੀਗਾ ਤੇ ਦੁੱਧ ਵੀ ਥੋੜਾ ਹੀ ਪਿਆ ਸੀ, ਠੰਡਾ ਦੁੱਧ ਹਜੇ ਆਇਆ ਨੀ ਗਾ। ਤੇ ਮੈਂ ਕਿਹਾ ਚਲੋ ਸੈਬੂ ਨੂੰ ਅੱਜ ਬਣਾ ਕੇ ਦਿੰਦੇ ਆ, ਦੋਨੋਂ ਵਿਚਾਰੀ ਗਰਮੀ ਚ ਬੈਠੀ ਪੜੀ ਜਾਂਦੀ ਆ ਤੇ ਸੈਬੂ ਮਸਤੀ ਕਰੀ ਜਾਂਦਾ ਏਸੀ ਚ ਬੈਠਾ ਹੈਨਾ। ਇਹ ਕੀ ਆ? ਚੱਲ ਸਮਾਨ ਚਣੀਏ। ਓਕੇ ਲਓ ਜੀ, ਗੈਸ ਦਾ ਸਮਾਨ ਆਪਾਂ ਨੇ ਟਿਕਾ ਤਾ ਸਾਰੇ, ਕੜਛੀਆਂ ਚਮਚੇ ਛਮਚੇ ਨਿੱਕਾ ਨਿੱਕਾ ਸਮਾਨ, ਦੁੱਧ ਵੀ ਆ ਗਿਆ ਆਪਣਾ। ਹੁਣ ਆਇਆ ਦੁੱਧ ਸਾਡਾ, ਦੇਖੋ 1 ਵਜੇ ਸੈਬੂ ਦਾ ਨਿੱਕੂ ਜਿਹਾ ਚਮਚਾ। ਅੱਜ ਸੈਬੂ ਦੁੱਧ ਲੈ ਕੇ ਆਇਆ ਨਾ ਸੈਬੂ। ਅੰਕਲ ਕੀ ਕਹਿੰਦੇ ਸੀ ਦੁੱਧ ਵਾਲੇ? ਹਾਂ ਕਿ ਅੰਕਲ ਗਰਮੀ ਬਹੁਤ ਹੈ, ਜਲਦੀ ਆਇਆ ਕਰੋ। ਫਿਰ ਅੰਕਲ ਕਹਿੰਦਾ ਠੰਡ ਬਹੁਤ ਹੈ। ਠੀਕ ਹੈ ਚਲ, ਹੁਣ ਇਹ ਗਰਮ ਪਾ ਇਹਨੂੰ ਘੱਟ ਕਰਦੇ ਹਾਂ, ਹੌਲੀ ਹੌਲੀ ਹੋ ਜੂਗਾ। ਆ ਜਾ ਚਲੋ ਤਲੋ, ਸੈਬੂ ਦਾ ਬਣਾਉਣਾ ਮੈਂਗੋ ਸ਼ੇਕ। ਜਨਾਬ ਜੀ ਰੈਸਟ ਕਰੀ ਜਾਂਦੇ ਆ। ਆਹ ਦੇਖ ਲਓ ਗੱਡੀ ਕਿੱਥੇ ਰੱਖੀ ਹੈ, ਆਹ ਦੇਖ ਲਓ ਸੈਬੂ ਦਾ ਘਰ। ਤੇਰਾ ਹੀ ਬੈੱਡ ਬਣਾ ਦੇਣਾ, ਰਾਤ ਨੂੰ ਵੀ ਇੱਥੇ ਸੌ ਜਾਏਗਾ। ਠੀਕ ਹੈ ਠੀਕ ਹੈ, ਸੈਬੂ ਦਾ ਬੈੱਡ ਦੇਖ ਲਓ ਭਾਈ ਕਿੱਥੇ ਫਸ ਕੇ ਪਿਆ ਪੂਰਾ। ਰਾਤ ਨੂੰ ਪਾਸਾ ਕਿੱਧਰ ਨੂੰ ਰਹੇਗਾ, ਲੱਤਾਂ ਕਿਹਦੇ ਮਾਰੇਗਾ ਰਾਤ ਨੂੰ? ਬਾਰੀ ਦੇ ਨਾ ਨਾ ਪਾਪਾ ਡਾਣ। ਤੈਨੂੰ ਤਾਂ ਟਾਈਮ ਹੀ ਨਹੀਂ ਹੋਇਆ ਹਜੇ, ਅਸੀਂ ਤਾਂ ਪੜ੍ਹ ਰਹੇ ਸੀਗੇ, ਹੋਮਵਰਕ ਪਿਆ ਸੀ ਸਾਡਾ ਹੈ ਨਾ ਵੀ। ਸੈਬੂ ਲਿਖ ਜਲਦੀ, ਇੱਕ ਕੁਸ਼ਚਨ ਰਹਿ ਗਿਆ, ਇੱਕ ਤਾਂ ਇਹ ਥੱਕ ਉਹਦੇ ਜਾ ਕੇ ਲਿਟ ਜਾਂਦਾ, ਬਸ ਜਲਦੀ ਜਲਦੀ ਲਿਖ ਉੱਠੀਏ। ਸਿੱਕੇ ਖਲਾਰਾ ਕਿੰਨਾ ਪਿਆ ਹਜੇ? ਸਾਹਿਬ ਗੁਣ ਸਿੰਘ ਚੁੰਬਰ ਕਰ, ਫਿਰ ਕਰੇਂਗੇ ਤਾਂ ਹੋਣਗੇ। ਫਾਸਟ ਹੋ ਜਾ ਫਾਸਟ, ਸਿੱਕਾ ਟੁੱਟ ਜੂ ਬਹੁਤ। ਨਾ ਨੋ ਚੱਲ ਲਿਖ, ਕਿੰਨਾ ਰਹਿ ਗਿਆ? ਇੱਕ ਕੁਸ਼ਚਨ ਰਹਿ ਗਿਆ ਸਾਹਿਬ ਦਾ, ਲਾਸਟ 5 ਕੁਸ਼ਚਨ ਕੁਸ਼ਚਨ ਆ ਗਏ ਸਾਹਿਬ ਨੂੰ ਹੁਣ ਇਸ ਕਲਾਸ 'ਚ ਵੱਡੇ ਵੱਡੇ ਕੁਸ਼ਚਨ ਹੈਗਾ। ਗਾਓ ਮੇ ਕਿਆ ਨਹੀਂ ਜਾਤੀ ਹੈ, ਗਾਓ ਮੇ ਰੇਲ ਗਾਡੀ ਨਹੀਂ ਜਾਤੀ ਹੈ, ਪੇੜੋ ਪਰ ਪੰਛੀਓ ਕੇ ਕਿਆ ਹੋਤੇ ਹੈ ਸਾਬੂ? ਪੇੜੋ ਪਰ ਪੰਛੀਓ ਕੇ ਘੋਂਸਲੇ ਹੋਤੇ ਹੈ। ਹਾਂ ਘੋਂਸਲੇ ਹੋਤੇ ਹੈ। ਚਲੋ ਉਹਦੇ ਬਾਅਦ ਮੈਥ ਕਰਨਾ। ਗਾਇਜ਼ ਆਪਾਂ ਸਕੂਲੋਂ ਆ ਗਏ ਸੀਗੇ, ਸਕੂਲੋਂ ਆ ਕੇ ਕੱਪੜੇ ਚੇਂਜ ਕੀਤੇ,
ਫਿਰ ਮੈਂ ਪੀ ਰਿਹਾ ਮੈਂਗੋ ਸ਼ੇਕ, ਮੈਨੂੰ ਹੈਲਥ ਦੇ ਨਾਲ ਮਿਲ ਗਿਆ ਮੈਂਗੋ ਦਿੱਤਾ ਤਾਂ ਹੈ ਨਹੀਂ। ਗੁਨੂੰ ਆ ਕੇ ਪੁੱਛਦੀ ਹੈ ਸੈਬੂ ਨੂੰ ਕਿ ਕਹਿੰਦੀ ਨਹੀਂ ਮੈਨੂੰ ਮੰਮਾ ਇਹਨੇ ਅੱਜ ਕੀ ਕੀਤਾ ਘਰੇ, ਮੈਂ ਹੁਣ ਇਹ ਪੜ੍ਹੀ ਜਾਂਦਾ ਸੀਗਾ। ਮੈਂ ਕਿਹਾ ਇਹਨੇ ਪੜ੍ਹਿਆ ਬਸ, ਇਹ ਪਹਿਲਾਂ ਉੱਠੇ 9 ਵਜੇ, ਫਿਰ ਇਹ ਨਹਾਤਾ ਧੋਤਾ ਰੈਡੀ ਹੋਇਆ, ਫਿਰ ਇਹਨੇ ਅੱਜ ਨਵਾਂ ਹੇਅਰ ਸਟਾਈਲ ਕੀਤਾ ਸੈਬੂ ਨੇ, ਅਤੇ ਫਿਰ ਮੈਂ ਕਿਹਾ ਵਿੱਚ ਦੀ ਸੰਗ ਜਾਂਦਾ ਅੱਧਾ ਟਾਈਮ ਦਾ ਸੈਬੂ ਦਾ ਸੰਗਨ ਜੀ ਲੰਘ ਗਿਆ। ਹਾਂ ਸੈਬੂ ਅੱਧਾ ਟਾਈਮ ਤਾਂ ਕਿਹਾ ਮੇਰਾ ਸੰਗਨ ਜੀ ਲੰਘ ਗਿਆ, ਆਉਂਦਾ ਖੁੱਲ੍ਹਾ ਟਾਈਮ ਚਾਹੀਦਾ। ਫਿਰ ਆਹ ਘਰ ਬਣਾਇਆ ਇਹਨੇ, ਫਿਰ ਇਹਨੂੰ ਭੁੱਖ ਲੱਗਿਆ ਜੀ, ਫਿਰ ਕਹਿੰਦਾ ਮੈਂਗੋ ਸ਼ੇਕ ਪਿਆਓ, ਬਸ ਆਹ ਕੁਛ ਕੀਤਾ ਇਹਨੇ ਘਰੇ। ਹੋਰ ਇਹਨੇ ਕੀ ਦੁੱਧ ਲੈ ਕੇ ਆਇਆ, ਇੱਕ ਇਹਨੇ ਕੰਮ ਕਰਾਇਆ ਮੇਰੇ ਨਾਲ, ਭਾਂਡੇ ਚੁਕਾਏ, ਉਹ ਰਖਾਏ, ਅਸੀਂ ਦਰਾਜ ਦੀ ਸਫਾਈ ਕੀਤੀ ਸੀਗੀ, ਉਹ ਕਰਵਾਈ, ਇੰਨੇ ਕੁ ਕੰਮ ਕੀਤੇ ਇਹਨੇ। ਦੋ ਵਾਰੀ ਹੇਅਰ ਸਟਾਈਲ ਬਣਾਇਆ ਇਹਨੇ ਅੱਜ, ਦੋ ਵਾਰੀ ਦੋ। ਤੂੰ ਕੀ ਕਰਨ ਆਇਆ ਸੈਬੂ ਬਾਹਰ? ਗੁਨੂੰ ਚੱਲੀ ਆ ਜੀ, ਅਸੀਂ ਸਾਰੇ ਜਾਣੇ ਦੇਖੋ ਗੁਨੂੰ ਨੂੰ ਸੀ ਆਫ ਕਰਨਾ ਆ ਮੈਂ, ਗੁਨੂੰ ਦੇ ਪਾਪਾ ਨੇ ਤਾਂ ਜਾਣਾ ਹੀ ਆ ਨਾਲ, ਮੈਂ ਤੇ ਸੈਬੂ ਇਹਨੇ ਦੋਨਾਂ ਨੂੰ ਸੀ ਆਫ ਕਰਨ ਆਇਆ। ਦੇਖੋ ਗਰਮੀ ਦੇ ਵਿੱਚ ਕੋਈ ਆਊਗਾ ਹਨਾ ਵੀ? ਸੈਬੂ ਸੈਬੂ ਨੂੰ ਆ ਕੇ ਸ਼ਰਾਰਤਾਂ ਸੂਝੀਆਂ, ਵੈਸੇ ਤੂੰ ਬਾਹਰ ਕਰਨ ਕੀ ਆਇਆ, ਤੈਨੂੰ ਬੁਲਾਇਆ ਕਿਸੇ ਨੇ? ਪਹਿਲਾਂ ਮੈਂ ਵੀ ਨਾਲ ਚੱਲੀ ਸੀ ਅੱਜ ਗੁਨੂੰ ਦੇ, ਥੋੜ੍ਹਾ ਜਿਹਾ ਬਾਜ਼ਾਰ ਦਾ ਕੰਮ ਸੀਗਾ, ਫਿਰ ਮੇਰਾ ਮੂਡ ਬਦਲ ਗਿਆ, ਮੰਮੀ ਦੀ ਦਵਾਈ ਲੈ ਕੇ ਆਉਣੀ ਸੀਗੀ, ਫਿਰ ਮੈਂ ਕਿਹਾ ਉੱਥੇ ਵੀ ਟਾਈਮ ਲੱਗ ਜੂਗਾ, ਐਵੇਂ 5-6 ਵੱਜ ਜਾਣੇ ਉਹਨਾਂ ਨੂੰ ਗੁਨੂੰ ਦਾ ਮੋੜਨ ਦਾ ਟਾਈਮ ਹੋ ਜੂਗਾ, ਆਪੇ ਜਾ ਆਉਣਗੇ, ਆਪੇ ਜਾ ਆਉਣਗੇ ਜਨਾਬ ਜੀ। ਜੀ ਲੈ ਕੇ ਆਉਂਗੇ ਸਾਡੇ ਵਾਸਤੇ? ਗੇਟ ਖੋਲਦੇ ਗੁਨੇ ਲਓ ਜੀ, ਸਿੰਗਲ ਕਿੰਨੇ ਦੀ ਹੈ? ਗੁਨੂੰ ਨੂੰ ਤਾਂ ਛੱਡਿਆ ਸੀ ਆਪਾਂ ਤੇ ਬਾਜ਼ਾਰ ਦੇ ਕੰਮ ਸੀ, ਕੱਲ੍ਹ ਬਾਜ਼ਾਰ ਐਂਟਰ ਨਹੀਂ ਹੋਣ ਦਿੱਤਾ, ਕੱਲ੍ਹ ਭਗਵੰਤ ਮਾਨ ਕਰਕੇ ਭੀੜ ਬਹੁਤ ਸੀ ਇੱਥੇ ਬਾਜ਼ਾਰ 'ਚ, ਅਤੇ ਬਾਜ਼ਾਰ ਦੇ ਕੰਮ ਅੱਧੇ ਹੋ ਗਏ, ਅਤੇ ਹੁਣ ਆਪਾਂ ਲੈਣੀ ਮੰਮੀ ਦੀ ਦਵਾਈ, ਮਾਤਾ ਦੀ ਦਵਾਈ ਲੈ ਕੇ ਫਿਰ ਇੱਕ ਦੋ ਕੰਮ ਹੋਰ ਹੈ, ਫਿਰ ਘਰ ਨੂੰ ਜਾਵਾਂਗੇ। ਮਾਤਾ ਦੀ ਲੈਣੀ ਅੱਧ ਬਾਈ ਮਾਤਾ ਦੀ, ਅਤੇ ਏ ਟੀ ਐੱਮ ਪਿੱਛੇ ਸਾਰੇ ਖਾਲੀ ਹੋਏ ਪਏ ਸੀਗੇ, ਇੱਥੇ ਅਮਰੀਕ ਸਿੰਘ ਰੋਡ 'ਤੇ ਮਿਲਿਆ ਇੱਕ ਏ ਟੀ ਐੱਮ, ਦੇਖਦੇ ਇੱਥੋਂ ਕੈਸ਼ ਨਿਕਲ ਰਿਹਾ ਜਾਂ ਨਹੀਂ ਨਿਕਲ ਰਿਹਾ, ਖਾਲੀ ਹੋਏ ਪਏ ਕਹਿੰਦੇ ਏ ਟੀ ਐੱਮ, ਕੈਸ਼ ਪਾਉਣ ਵਾਲਾ ਪਿਆ ਕਹਿੰਦੇ ਅਜੇ। ਕੀ ਬਾਤ ਆ ਜੀ, ਕੀ ਬਾਤ ਆ, ਹਸਪਤਾਲ ਪਹੁੰਚ ਗਏ ਆਪਾਂ, ਮੰਮਾ ਦੀ ਦਵਾਈ ਚੱਲਦੀ ਹੁੰਦੀ ਹੈ ਨਾ ਜਿਹੜੀ ਡਿਪਰੈਸ਼ਨ ਦੀ, ਬਹੁਤ ਸਾਲ ਹੋ ਗਏ ਚੱਲਦਿਆਂ ਨੂੰ, ਰੈਗੂਲਰ ਚੱਲਦੀ ਹੈ, ਅਤੇ ਉਹ ਲੈਣ ਆਏ ਅੱਜ ਆਪਾਂ, ਮਹੀਨੇ ਬਾਅਦ ਲੈਂਦੇ ਹੁੰਦੇ ਆਪਾਂ, ਨੰਬਰ ਆਪਣਾ ਲੱਗ ਗਿਆ। ਟਾਈਮ ਦੇਖ ਲਓ 7-8 ਹੋ ਗਏ, ਗੁਨੂੰ ਨੂੰ ਹੁਣ ਲੈਣ ਆਏ ਆ, ਹੁਣ ਛੁੱਟੀ ਹੋਈ ਹੈ, ਪਾਰਕ ਝੰਡਾ ਝੂਲ ਨਹੀਂ ਰਿਹਾ, ਦੁਪਹਿਰੇ ਝੂਲਦਾ ਪਿਆ ਸੀਗਾ, ਹਵਾ ਨਾਲ ਨਹੀਂ ਜਿਹੜੀ ਗਰਮ ਹਵਾ ਚੱਲਦੀ ਹੈ ਨਾ ਉਹਦੇ ਨਾਲ ਝੂਲਦਾ ਪਿਆ ਸੀ ਗਰਮ ਹਵਾ ਨਾਲ। 7:30 ਘਰ ਪਹੁੰਚਾਂਗੇ, ਘਰ ਜਾ ਕੇ ਮਿਲਦੇ ਹਾਂ। ਅੱਜ ਗੁਨੂੰ ਨੂੰ ਮੈਂ ਪੌੜੀਆਂ ਧਰਾ ਕੇ ਲੈ ਕੇ ਆਇਆ, ਧਰਾ ਕੇ ਜਾਂਦੀ ਨਹੀਂ ਸੀ ਪੌੜੀਆਂ 'ਚ,
ਪੜ੍ਹ ਲਿਆ ਹੋ ਗਿਆ ਸੱਤ ਵੱਜ ਗਏ ਕਹਿੰਦੀ ਮੈਂ ਲਿਫਟ ਨਾ ਆਊਂਗੀ ਮੈਂ ਚੱਲ ਪੌੜੀਆਂ ਰਾਹੀਂ ਬੁੜੀਆਂ ਤੋਂ ਜਵਾਨ ਹੈਗੀਆਂ ਜੇ ਸਾਰੇ ਦਿਨ ਬੱਚਿਆਂ ਪਿੱਛੇ ਨਿਕਲ ਜਾਂਦਾ ਕੀ ਚੀਜ਼ ਹੈ ਬੱਚੇ ਹੈ ਨਾ ਕੀ ਬਾਈ ਕਿੱਥੇ ਤੂੰ ਇੱਧਰ ਮੁੜ ਗਈ ਸੀਗੀ ਕਿੰਨੀਆਂ ਕੁ ਪੌੜੀਆਂ ਥੋੜ੍ਹੀਆਂ ਤਾਂ ਸੀਗੀਆਂ ਪੌੜੀਆਂ ਕਿਆ ਪਤਾ ਕਹਿੰਦੇ ਨਵਾਂ ਰਸਤਾ ਲਿੱਤਾ ਸੀ ਮੇਰੇ ਅਤੇ ਦਾ ਪੁਰਾਣਾ ਗੁਰੂ ਵਾਸਤੇ ਨਵਾਂ ਸੀਗਾ ਉਧਰ ਰਸਤੇ ਚ ਹੌਲੀ ਘਰੇ ਨੀ ਬੈਠੀ ਇੰਨੀ ਚ ਬੋਲਦੀ ਤੇ ਦੇਖਿਆ ਫਾਟਕ ਲੱਗਿਆ ਹੋਇਆ ਅੱਗੇ ਪਤਾ ਨੀ ਹੁਣ ਕਿੰਨਾ ਟਾਈਮ ਖੜਨਾ ਪਊਗਾ ਇੱਧਰ ਉਧਰ ਬੋਰ ਹੋ ਗਏ ਸੀ ਰਸਤੇ ਚ ਆਉਣਾ ਜਾਣਾ ਮੈਂ ਕਿਹਾ ਅੱਜ ਚੇਂਜ ਕਰਦੇ ਆ ਰਸਤਾ ਬਟ ਫਾਟਕ ਫਿਰ ਲੱਗਿਆ ਹੋਇਆ ਸਿਆਣੇ ਲੋਕੀ ਅੰਦਰ ਬੜੇ ਫਿਰਦੇ ਦੇਖ ਲਓ ਟ੍ਰੇਨ ਆ ਗਈ ਤੇ ਹੁਣ ਉਹ ਉੱਥੇ ਅੰਦਰ ਖੜੇ ਆ ਕਿੰਨੇ ਸਿਆਣੇ ਆ ਮਾਲ ਗੱਡੀ ਆ ਗਈ ਮਾਲ ਗੱਡੀ ਹੌਲੀ ਹੌਲੀ ਆ ਰਹੀ ਹੈ ਬਹੁਤ ਸਲੋ ਹੋ ਗਈ ਤਾਂ ਟਾਈਮ ਲਾਓ 10 ਮਿੰਟ ਮਾਤਾ ਵਿਚਾਰੇ ਨੂੰ ਬਸ 7 ਵਜੇ ਕੀ ਹੋਇਆ ਵਿਚਾਲੇ ਬਿਠਾਇਆ ਉਹਨੂੰ ਬੈਠਾ ਨਹੀਂ ਜਾਂਦਾ ਮਾਤਾ ਤੋਂ ਚੱਲ ਵੇ ਟ੍ਰੇਨ ਗੱਡੀ ਤੇਜ਼ ਹੋ ਜਾ 12 ਡੱਬੇ ਲੱਗੇ ਬਠਿੰਡੇ ਵਾਲੀ ਰੇਲ ਨੂੰ ਇੱਕ ਮਾਈਲ ਸਾਡਾ ਕਿੰਨ ਆ ਪਿਆ 7:19 ਹੋ ਗਏ ਉਹੀ 7:30 ਇੱਕ ਹੋਰ ਆ ਗਈ ਟ੍ਰੇਨ ਇੱਕ ਹੋਰ ਟ੍ਰੇਨ ਆ ਗਈ ਭਾਈ ਇੱਕ ਹੋਰ ਆ ਗਈ ਭਾਈ ਟ੍ਰੇਨ ਇੱਕ ਹੋਰ ਆ ਗਈ ਇੱਧਰ ਆਈ ਹੈ ਜਨਤਾ ਦਾ ਹਾਲ ਆਓ ਜੀ ਕਹਿੰਦੇ ਇੱਕ ਹੋਰ ਆ ਗਈ ਕੌਣ ਆ ਗਈ ਕਹਿੰਦੇ ਟ੍ਰੇਨ ਦੋ ਲਗਾ ਇਕੱਠੀਆਂ ਜਾ ਰਹੀਆਂ ਟ੍ਰੇਨਾਂ ਆਪਾਂ ਥੋੜ੍ਹਾ ਪਾਣੀ ਪੀ ਲਈਏ ਬਸ ਅਗਲੇ ਮਹੀਨੇ ਤੁਹਾਨੂੰ ਟ੍ਰੇਨ ਹੀ ਦਿਖਾਉਣੀ ਹੈ ਟ੍ਰੇਨ ਦਾ ਸਫ਼ਰ ਆਉਣ ਜਾਣ ਵਾਲੀ ਇਹੋ ਜਿਹੀ ਜਾਵਾਂਗੇ ਆਪਣੇ ਨਹੀਂ ਨਹੀਂ ਆਪਣੇ ਵਾਲੀ ਦੂਜੀ ਆ ਬੰਦੇ ਟ੍ਰੇਨ ਇਹ ਮੇਰੇ ਖਿਆਲ ਨਾਲ ਸਮਾਨ ਵਾਲੀ ਹੈ ਬੈਠਣ ਵਾਲੀ ਨਹੀਂ ਹੈ ਸਮਾਨ ਆਇਆ ਹੁਣ ਇਹ 'ਚ ਸਮਾਨ ਆਉਂਦਾ ਟ੍ਰੇਨ 'ਚ ਮਾਲ ਗੱਡੀ ਗਈ ਹੁਣ ਕਿੰਨੀ ਭੀੜ ਹੋ ਜੂ ਟਾਈਮ ਲਾਊਗੀ ਅਜੇ ਬਹੁਤ ਫਾਟਕ ਨਹੀਂ ਖੁੱਲਿਆ ਅਤੇ ਭੀੜ ਬਹੁਤ ਜ਼ਿਆਦਾ ਹੋ ਗਈ 7:30 ਹੋ ਗਏ ਹਜੇ ਵੀ ਇੱਥੇ ਖੜ੍ਹੇ ਹਾਂ ਅਸੀਂ ਇੱਕ ਟ੍ਰੇਨ ਹੋਰ ਆ ਰਹੀ ਹੈ ਕਹਿੰਦੇ ਉਹਨੂੰ ਕਿੰਨਾ ਟਾਈਮ ਹੋ ਗਿਆ ਕਿੰਨਾ ਟਾਈਮ ਹੋ ਗਿਆ ਕਦੋਂ ਦੇ ਖੜ੍ਹੇ ਆਪਾਂ ਹੈ ਨਾ 20 ਮਿੰਟ ਹੋ ਗਏ ਖੜ੍ਹਿਆਂ ਨੂੰ ਟ੍ਰੇਨ ਇੱਕ ਹੋਰ ਆ ਗਈ 3 ਟ੍ਰੇਨਾਂ ਟਪਾ ਦੀਆਂ ਅਸੀਂ ਤੀਜੀ ਟ੍ਰੇਨ
ਆ ਗਈ ਆਪਣੀ ਥਰਡ ਟ੍ਰੇਨ ਹੈ ਇਹ ਤੇ ਬੈਠ ਕੇ ਜਾਂਦੇ ਆ ਸਾਰੇ ਬਹੁਤ ਸਮਾਨ ਟ੍ਰੇਨ ਨਹੀਂ ਬੰਦੇ ਮਾਤਰਮ ਲਿਖਣੀ ਥੋੜ੍ਹਾ ਹੁੰਦੀ ਹੈ ਉਹ ਦਿਖਾਵਾਂਗੇ ਅਗਲੇ ਮਹੀਨੇ ਦਿਖਾਵਾਂਗੇ ਅਗਲੇ ਮਹੀਨੇ ਇੰਨੀ ਲੇਟ ਇੰਨੀ ਲੇਟ 8 ਵੱਜ ਗਏ ਆ ਅਸੀਂ 8 ਵੱਜ ਗਏ ਹਾਏ ਓਏ ਕਿੰਨੇ ਟ੍ਰੇਨ ਨਾਲ ਲੰਘ ਤੁਹਾਨੂੰ ਪਤਾ ਨਹੀਂ ਵੀ ਕਿਹੜੇ ਰਾਹ ਜਾਂਦੇ ਆ ਅਸੀਂ ਰੋਜ਼ ਕਿਹੜੇ ਕਿੱਧਰ ਜਾ ਕੇ ਫਸ ਜਾਂਦੇ ਆ ਹੁਣ ਮਜ਼ਾ ਆਇਆ ਘੰਟਾ ਲਾ ਕੇ ਕੱਲ ਵੀ ਟ੍ਰੈਫਿਕ ਚ ਅੱਜ ਵੀ ਵੈਲਕਮ ਗੁੰਨੂ ਜੀ ਤੁਹਾਡਾ ਘਰੇ ਸਵਾਗਤ ਹੈ ਸਾਡੇ ਘਰੇ ਹਾਲ ਹੋ ਗਿਆ ਪੂਰਾ ਹਾਲ ਗੁੰਨੂ ਦਾ ਟਾਈਮ ਸਾਰਾ ਉੱਥੇ ਨਿਕਲ ਗਿਆ ਫਾਟਕ ਤੇ ਉਹੀ ਤੇ ਗਾਇਸ ਆ ਦੇਖੋ ਨਹੀਂ ਨਹੀਂ ਬਸ ਆ ਜਾ ਉਹ ਸਾਹਿਬ ਗੇਟ ਬੰਦ ਕਰਿਆ ਉਹਨੂੰ ਤਾਂ ਸਾਹਿਬ ਵੀ ਨਹੀਂ ਅੰਦਰ ਆਇਆ ਕਹਿੰਦਾ ਗੁੰਨੂ ਆਊਗੀ ਤਾਂ ਜਾਊਗਾ ਦਰਵਾਜ਼ਾ ਬੰਦ ਕਰਨਾ ਪੈ ਰਿਹਾ ਰਾਤ ਨਹੀਂ ਹੋ ਗਈ ਰਾਤ ਤਾਂ ਹੋ ਗਈ ਬਟ ਲੋਕ ਲੋਕ ਲਾਉਣ ਵਾਲੀ ਰਾਤ ਨਹੀਂ ਹੋਈ ਏਸੀ ਚੱਲ ਰਿਹਾ ਡਰਾਇੰਗ ਰੂਮ 'ਚ ਓਏ ਅਤੇ ਦਹੀਂ ਹੈ ਨਹੀਂ ਗਾ ਦਹੀਂ ਲੈਣ ਚੱਲੇ ਦਹੀਂ ਦਹੀਂ ਖਤਮ ਹੋ ਗਿਆ ਭਾਈ ਸਾਡਾ ਦਹੀਂ ਦਹੀਂ ਲੈਣ ਚੱਲੇ ਸਤਿ ਸ਼੍ਰੀ ਅੰਕਲ ਜੀ ਠੀਕ ਹੋ ਜੀ ਚਲੋ ਜੀ ਵਧੀਆ ਰਹਿਣੇ ਚਾਹੀਦੇ ਚੜ੍ਹਦੀ ਕਲਾ 'ਚ ਸਾਰੇ ਨਹਾ ਕੇ ਹਟਿਆ ਸੀਗਾ ਮੈਂ ਹੁਣੇ ਅਭੀ ਅਭੀ ਨਾ ਬਾਥਿੰਗ ਕਰਕੇ ਹਟੇ ਅਤੇ ਹੁਣ ਸੈਬੂ ਵੜ ਗਿਆ ਮੇਰੀ ਰੀਸ ਨਾਲ ਹੁਣ ਉਹ ਨਹਾਈ ਜਾਂਦਾ ਮੈਨ ਬੁਲ ਤਾਰੀ ਜਾਂਦਾ ਆਪਦੀ ਸੈਬੂ ਸੋਇਆਬੀਨ ਖਾਂਦਾ ਨਹੀਂ ਨਾ ਫਿਰ ਦਹੀਂ ਨਾਲ ਖਾ ਲੂਗਾ ਪਰੌਂਠੀਆਂ ਅਜੇ ਵੀ ਦੇਖ ਲਓ ਟਾਈਮ ਹੋ ਗਿਆ ਹੋਣਾ 8:30 ਹੋ ਗਏ ਹੋਣੇ ਅਤੇ ਗਰਮ ਹਵਾ ਗਰਮ ਗਰਮ ਹਵਾ ਆ ਰਹੀ ਹੈ ਬਹੁਤ ਪੁਰਾਣੀ ਫਿਲਮ ਬਹੁਤ ਦੇਖੀਆਂ ਜੀ ਪੁਰਾਣੀ ਫਿਲਮਾਂ ਨਜ਼ਾਰੇਦਾਰ ਚਲੋ ਜੀ ਚਲੋ ਸਵਾਰੀਆਂ ਘਰ ਨੂੰ ਵਾਪਸ ਲਿਫਾਫੇ 'ਚ ਪਾ ਲਈ ਆਪਾਂ ਦਹੀਂ ਅਤੇ ਹੁਣ ਘਰ ਨੂੰ ਚਲਾਂਗੇ ਚੱਲ ਮੇਰੇ ਸਾਥੀ ਚੱਲ ਮੇਰੇ ਅਥੀ ਹੋਮ ਸਵੀਟ ਹੋਮ ਅੱਜ ਵੀ ਘੰਟਾ ਲੱਗ ਗਿਆ ਕੱਲ੍ਹ ਵੀ ਜਾਮ 'ਚ ਇੰਨਾ ਟਾਈਮ ਲੱਗ ਗਿਆ ਸੀਗਾ ਅਤੇ ਅੱਜ ਵੀ ਘੰਟਾ ਲੱਗ ਗਿਆ ਇੰਨੇ ਨੂੰ ਤਾਂ ਮੈਂ ਮੁਕਤਸਰ ਪਹੁੰਚ ਜਾਂਦਾ ਆਪਦੇ ਸਹੁਰੇ ਜਿੰਨਾ ਚਿਰ ਘਰ ਆਉਣ 'ਤੇ ਲੱਗ ਗਿਆ ਅੱਜ ਵਹੀਕਲ ਗਲਤ ਲੱਗੇ ਪਏ ਹੈ ਸਾਈਕਲ ਇੱਧਰ ਖੜਾਉਣਾ ਪਊ ਐਕਟਿਵਾ ਇੱਧਰ ਖੜੀ ਹੈ ਕਿਵੇਂ ਕਰੇ ਇੱਧਰ ਹੀ ਲਗਾ ਦਿੱਤੇ ਬਾਅਦ ਵਿੱਚ ਸੈਟਿੰਗ ਚੇਂਜ ਕਰਨੀ ਪਵੇਗੀ ਇੱਥੇ ਐਕਟਿਵਾ ਖੜੀ ਕਰ ਦਿੰਦੇ ਆਪਾਂ ਚਾਰਜ ਲਾਉਣੀ ਹੁੰਦੀ ਹੈ ਨਾ ਐਕਟਿਵਾ ਫਿਰ ਬਾਅਦ ਵਿੱਚ ਸੈਟਿੰਗ ਚੇਂਜ ਕਰੇਂਗੇ ਠੰਡਾ ਠੰਡਾ ਕਮਰਾ ਆਊਗਾ ਕਿਆ ਬਾਤ ਹੈ ਠੰਡਾ ਠੰਡਾ ਠੰਡੀ 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 ਹੋਈ ਪਈ ਹੈ ਅੰਦਰ ਬਾਹਰ ਨਹੀਂ ਨੱਚੀ ਕਹਿ ਤਾਂ ਫਰੈਸ਼ ਹੋ ਗਿਆ ਨਾਲਿਆ ਕਰ ਰੋਜ਼ ਦਿਮਾਗ ਖੁੱਲ ਗਿਆ ਚੂਰੀ ਬਣ ਰਹੀ ਹੈ ਜਵਾਕ ਆਸਤੇ ਚੂਰੀ ਜਵਾਕ ਇੱਕ ਜਵਾਕ ਆਸਤੇ ਮੈਂ ਦਹੀਂ ਖਾਊਗਾ ਉਹਨੇ ਚੂਰੀ ਖਾਣੀ ਹੈ ਵੱਡੀ ਮੈਡਮ ਨੇ ਛੋਟੇ ਬੱਚੇ ਨੇ ਦਹੀਂ ਨਾਲ ਪਰਾਂਠੀ ਖਾਣੀ ਹੈ ਵੱਡੇ ਬੱਚੇ ਨੇ ਵੀ ਦਹੀਂ ਨਾਲ ਰੋਟੀ ਖਾਣੀ ਮੇਰੇ ਤਿੰਨਾਂ ਜਾਣਿਆਂ ਦੀ ਅੱਡ ਅੱਡ ਫਰਮਾਇਸ਼ ਮੈਂ ਤਾਂ ਤੇਰੇ ਨਾਲ ਹੀ ਐ ਮੈਂ ਤਾਂ ਕੁਝ ਵੀ ਖਾ ਲਾਂ ਮੈਂ ਵੀ ਚਾਰ ਨਾਲ ਮਲਾਈ ਨਾਲ ਵੀ ਖਾ ਲਾਂ ਮੈਂ ਵੀ ਚਾਰ ਨਾਲ ਖਾ ਲੂੰਗਾ ਮਲਾਈ ਨਾਲ ਮਲਾਈ ਖਾਓ ਮੈਂ ਵੀ ਖਾ ਲੂੰਗਾ ਕੱਲ ਨੂੰ ਖਾਊਂਗਾ ਮਲਾਈ ਨਹੀਂ ਖਾਂਦੇ ਮੇਰੇ ਘਰ
ਟੌਂਟ ਮਾਰ ਦੀ ਹੈ ਮੈਂ ਖਾ ਤਾਂ ਲਿਆ ਬਸ ਹੁਣ ਠੀਕ ਹੈ ਬਸ ਇੰਨਾ ਤੰਗ ਨਹੀਂ ਕਰਦੇ ਹੁੰਦੇ ਘਰ ਵਾਲੇ ਨੂੰ ਮਲਾਈ ਦੇ ਵਿੱਚ ਖੰਡ ਮੈਂ ਕੱਦੂ ਤਾਂ ਖਾਣ ਲੱਗ ਗਿਆ ਪਰ ਤੂੰ ਇੰਨਾ ਖੁਸ਼ ਰਹਿ ਕਰ ਕੱਦੂ ਦੇ ਵਿੱਚ ਹੁੰਦਾ ਹੈ ਨਾ ਮਲਾਈ ਬਸ ਕੋਈ ਲੋੜ ਨਹੀਂ ਮੇਰੇ ਲਈ ਫਰੈਸ਼ ਹੋਣ ਦੀ ਟੌਂਟ ਤਾਂ ਮਾਰ ਕਿਆ ਹੋਆ ਘਰ ਦਾ ਦਹੀਂ ਪ੍ਰੈਫਰ ਕਰਦੇ ਹਾਂ ਬਸ ਅਸੀਂ ਐਮਰਜੈਂਸੀ 'ਚ ਕਦੇ ਕਦੇ ਦੁਕਾਨ ਵਾਲਾ ਲੈ ਕੇ ਆਉਣਾ ਪੈ ਜਾਂਦਾ ਸੈਬੂ ਕਹਿੰਦਾ ਮੈਂ ਵੀ ਨਹੀਂ ਖਾਣਾ ਦੁਕਾਨ ਵਾਲਾ ਪਰ ਘਰ ਵਾਲਾ ਵਧੀਆ ਜੰਮਦਾ ਘੈਂਟ ਜਮਾਉਂਦੀ ਹੈ ਮੈਡਮ ਜਹਾਜ਼ ਬੰਦ ਹੋ ਗਿਆ ਭਾਈ ਅਤੇ ਹੁਣ ਸਬਜ਼ੀ ਸਾਡੇ ਕੋਲ ਇੰਨੀ ਕੀ ਹੈ ਤਿੰਨ ਜਣਿਆਂ ਕੋਲ ਤਾਂ ਕਰਕੇ ਅਸੀਂ ਨਾਲ ਦਹੀਂ ਖਾ ਲਾਂਗੇ ਦੋ ਰਹਿ ਗਏ ਸੋਰੀ ਹੁਣ ਤਾਂ ਸੈਬੂ ਨੇ ਤਾਂ ਖਾਣੀ ਨਹੀਂ ਸਬਜ਼ੀ ਸੁਬਹਾ ਵੀ ਨਹੀਂ ਖਾਧੀ ਉਹਨੇ ਸਾਰੀ ਬਾਲਾਂ ਤੇ ਬਾਲਾ ਉੱਚਾ ਬੋਲਦੇ ਉੱਥੇ ਖੜੀ ਸੀ ਫਾਟਕਾਂ ਤੇ ਇੰਨੀ ਉੱਚੀ ਬੋਲੀ ਜਾਵੇ ਮੈਂ ਕਿਹਾ ਹੌਲੀ ਬੋਲ ਸਾਰੇ ਲੋਕ ਦੇਖਦੇ ਆ ਆਪਾਂ ਕਿਹੜੀ ਟ੍ਰੇਨ ਤੇ ਜਾਵਾਂਗੇ ਆਪਣੀ ਉਹੀ ਟ੍ਰੇਨ ਆ ਇਹ ਕਹਿੰਦੇ ਇਹ ਬੰਦੇ ਟ੍ਰੇਨ ਆ ਕਹਿੰਦੀ ਬੰਦੇ ਬੰਦੇ ਕਹੀ ਜਾਂਦੇ ਸੀ ਬੰਦੇ ਦੇਖਿਓ ਚਲੋ ਹਾਏ ਹਾਏ ਆ ਤਾਂ ਸੁਬਹਾ ਦੀ ਟੋਰ ਕੱਢੀ ਜਾਂਦਾ ਮੁੰਡਾ ਸੁਬਹਾ ਦੀ ਟੋਰ ਕੱਢੀ ਜਾਂਦਾ ਮੇਰੇ ਵਰਗਾ ਬਣਨਾ ਵੱਡੇ ਓਕੇ ਗੁੱਡ ਪਾਪਾ ਵਾਂਗੂ ਬਣਨਾ ਕਹਿੰਦਾ ਮੈਂ ਤੁਹਾਡੇ ਵਰਗਾ ਬਣਨਾ ਕਹਿੰਦਾ ਵੱਡੇ ਓਕੇ ਹੈਂਡਸਮ ਹੈ ਨਾ ਮੈਂ ਫਿਰ ਮੇਰੇ ਵਾਂਗੂ ਹੈਂਡਸਮ ਪਰ ਸੈਲਟਡ ਮੁੰਡਾ ਬਣਨਾ ਉਹਨੇ 2000 ਚੱਲੀ ਜਾਂਦੇ ਹੁਣ ਤਾਂ ਮੈਂ ਰਾਇਤਾ ਪਾਉਣਾ ਭਾਈ ਫਿਰ ਮਿਲਦੇ ਆ ਪਾਣੀ ਬਾਲਾ ਪਾਤਾ ਮੈਂ ਕੀ ਪਾਉਂਦੇ ਤੇ ਨਹੀਂ ਦੱਸੋ ਕੀ ਖਾਣਾ ਖੀਰਾ ਪਿਆਜ਼ ਪਾ ਲਓ ਕੱਟਾ ਉਹ ਸੋਰੀ ਕੱਟ ਦਿੰਦਾ ਦੋ ਬਸ ਆਪਾਂ ਖਾਂਦੇ ਇਕੱਠੇ ਦੇਖੋ ਆ ਪਿੱਛੇ ਕੀ ਪਾਇਆ ਮੋਟੋ ਨੇ ਪਲੈਨ ਚੇਂਜ ਕਰ ਲਓ ਆਪਣਾ ਸ਼ਡਿਊਲ ਚੇਂਜ ਕਰਦੇ ਹੁੰਦੇ ਨਾ ਤੁਸੀਂ ਮੈਂ ਬਣਾਉਣੀ ਹੈ ਗਰਮੀ 'ਚ ਖਾਣੀ ਤਾਂ ਏਸੀ 'ਚ ਬਹਿ ਕੇ ਹੀ ਆ ਰੋਹੀ ਕਹਿੰਦਾ ਤੁਸੀਂ ਚੇਂਜ ਕਰਨਾ ਬਣਾਉਣ ਵੇਲੇ ਐਂ ਲੱਗਦਾ ਹੁੰਦਾ ਕਿ ਖਾਣੀ ਜੀ ਨਹੀਂ ਕਰਦਾ ਪਰ ਜਦੋਂ ਏਸੀ 'ਚ ਬਹਿ ਕੇ ਤਾਂ ਆਉਂਦੇ ਆ ਤਾਂ ਫਿਰ ਖਾਧੀ ਜਾਂਦੀ ਰਾਈਟ ਕਿਵੇਂ ਮੈਂ ਕਿਹਾ ਜਦੋਂ ਬਣਾਉਂਦੇ ਹਾਂ ਉਦੋਂ ਇੰਨੀ ਗਰਮੀ ਆਉਂਦੀ ਉਦੋਂ ਐਂ ਲੱਗਦਾ ਵੀ ਜੀ ਨਹੀਂ ਕਰਦਾ ਰਹਿਣ ਦੇ ਰੋਟੀ ਖਾਣੀ ਪਰ ਜਦੋਂ ਏਸੀ 'ਚ ਬਹਿ ਕੇ ਖਾਂਦੇ ਹਾਂ ਉਦੋਂ ਫਿਰ ਭੁੱਖ ਲੱਗ ਜਾਂਦੀ ਰੋਟੀਆਂ ਥੋੜ੍ਹੀਆਂ ਰਹਿ ਜਾਂਦੀਆਂ ਗਰਮੀ 'ਚ ਬਣਾਉਣੀ ਔਖੀ ਹੈ ਨਾ ਸਾਰਿਆਂ ਨੂੰ ਬਹੁਤ ਔਖਾ ਕੰਮ ਆ ਭਾਈ ਗਰਮੀ 'ਚ ਇੰਨੀ 'ਚ ਰੋਟੀ ਬਣਾਉਣਾ ਤਾੜੀਆਂ ਵੇ ਤਾੜੀਆਂ ਹੈਡਸ ਆਫ ਲੇਡੀਜ਼ ਨੂੰ ਚਾਵਲ ਖਾਈ ਇੱਕ ਟਾਈਮ ਚਾਵਲ ਬਣਾ ਲਿਆ ਕਰੋ ਹਾਂਜੀ ਮੈਂ ਦਹੀਂ ਬਣਾਈ ਜਾਂਦਾ ਦਹੀਂ ਇੱਕ ਚੂਰੀ ਖਾਓ
ਖਾਣਾ ਖਾਇਆ। ਹੈਲੋ ਗਾਇਸ, ਕਿਵੇਂ ਹੋ? ਰਾਤ ਹੋ ਗਈ ਸੀਗੀ, ਰਾਤ ਦੇ ਵੱਜ ਚੁੱਕੇ ਪੌਣੇ ਦਸ। ਹੁਣ ਆਪਾਂ ਸੋਨੇ ਆ ਤੇ ਅੱਜ ਦਾ ਵਲੋਗ ਆਪਾਂ ਇੱਥੇ ਕਰਦੇ ਐਂਡ। ਕੱਲ੍ਹ ਮਿਲਦੇ ਇੱਕ ਹੋਰ ਨਵੇਂ ਵਲੋਗ ਦੇ ਨਾਲ। ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਜਾਓ। ਓਕੇ ਜੀ, ਬਾਏ ਬਾਏ, ਗੁੱਡ ਨਾਈਟ, ਲਵ ਯੂ ਆਲ, ਬਾਏ। ਦੇਖੋ ਗੁੰਨੂ ਦੀਆਂ ਅੱਖਾਂ 'ਚ ਕਿੰਨੀ ਨੀਂਦ ਆ ਅਤੇ ਫਿਰ ਵੀ ਗੁੰਨੂ ਵਲੋਗ ਦਾ ਐਂਡ ਕਰ ਰਹੀ ਆ। ਸੌਂਦੀ ਸੌਂਦੀ ਉੱਠ ਗਈ, ਕਹਿੰਦੀ ਮੈਂ ਵਲੋਗ ਦਾ ਐਂਡ ਕਰਦਾ ਵਾਂ। ਚੱਲ ਸੋ ਜਾ, ਗੁੱਡ ਨਾਈਟ, ਗੁੱਡ ਨਾਈਟ, ਥੈਂਕ ਯੂ ਸੋ ਮੱਚ, ਵੈਲਕਮ। ਅਤੇ ਹੁਣ ਤੁਸੀਂ ਸਾਰੇ ਜਾਣੇ ਗੁੰਨੂ ਨੂੰ ਕਮੈਂਟਾਂ ਦੀ ਝੜੀ ਲਾ ਦਿਓ ਕਿ ਗੁੰਨੂ ਇੰਨੀ ਮਿਹਨਤ ਕਰਦੀ ਹੈ, ਨਾਲ ਨਾਲ ਗੁੰਨੂ ਪੜ੍ਹਦੀ ਆ, ਨਾਲ ਨਾਲ ਵਲੋਗਿੰਗ ਕਰਦੀ ਆ, ਨਾਲ ਨਾਲ ਭੰਗੜਾ ਕਰਦੀ ਆ। ਫੁੱਲ ਸਪੋਰਟ ਫਾਰ ਗੁੰਨੂ, 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 ਹਿਪ ਹਿਪ ਹੁਰੇ, ਹਿਪ ਹਿਪ ਹੁਰੇ, ਹਿਪ ਹਿਪ ਹੁਰੇ, ਬਾਏ ਬਾਏ।